ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਹੈ ਕਿ ਥਾਰ ਨੂੰ ਕਿਹੜਾ ਟਾਇਰ ਪਾਈਏ। ਠੀਕ ਹੈ, ਤੇ ਥਾਰ ਦੇ ਲਈ ਇਹ ਬੈਸਟ ਟਾਇਰ ਆ, ਲੋਕੀ ਆ ਜਾਂਦੀ ਆ ਜਿਹੜਾ ਬੈਸਟ ਟਾਇਰ ਵਰਲਡ ਦਾ ਜਾਂ ਮੰਨਿਆ ਜਾਂਦਾ ਹੈ ਕਿਹੜਾ ਹੈਗਾ। ਤੇ ਦੋਸਤੋ ਇਹਦੇ ਨਾਲ ਚੈੱਕ ਹੋਊਗਾ ਵੀ ਟਾਇਰ ਕਿੰਨੇ ਪੈਸੇ ਹੈ। ਜਿਹੜਾ ਨਾਰਮਲੀ ਟਾਇਰ ਕਹਿ ਲਈ ਉਹ 40-50 ਹਜ਼ਾਰ ਅਪਰੋਕਸ ਚੱਲ ਜਾਂਦਾ। ਠੀਕ ਹੈ, ਇਹ ਆਪਣਾ 1 ਲੱਖ+ ਚੱਲ ਜਾਂਦਾ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ। ਜਿਵੇਂ ਕਿ ਤੁਹਾਡੇ ਵਾਸਤੇ ਮੈਂ ਬਹੁਤ ਸਾਰੇ ਟਰੈਵਲ ਵਲੌਗਸ, ਆਟੋਮੋਬਾਈਲ ਵਲੌਗਸ, ਨਵੀਆਂ ਗੱਡੀਆਂ ਦੇ ਵਲੌਗਸ ਲੈ ਕੇ ਆਉਂਦਾ ਰਹਿੰਦਾ। ਅੱਜ ਤੁਹਾਡੇ ਵਾਸਤੇ ਫਿਰ ਬੜਾ ਸਪੈਸ਼ਲ ਕੰਟੈਂਟ ਤੁਹਾਡੇ ਵਾਸਤੇ ਬਣਾ ਰਹੇ ਹਾਂ, ਜਿਹਦੇ ਵਿੱਚ ਕਿ ਟਾਇਰ ਦੀ ਗੱਲ ਕੀਤੀ ਜਾਊਗੀ। ਟਾਇਰ ਦੀ ਗੱਲ ਕਿਉਂ ਕੀਤੀ ਜਾਊਗੀ, ਤੁਸੀਂ ਹਰੇਕ ਬੰਦਾ ਜਦੋਂ ਗੱਡੀ ਲੈਂਦਾ, ਬਾਈਕ ਲੈਂਦਾ ਜਾਂ ਕੁਛ ਵੀ ਲੈਂਦਾ, ਟਾਇਰ ਬਹੁਤ ਮੇਨ ਪਾਰਟ ਜਿਹੜਾ ਕਿ ਉਹ ਕਾਰ ਦਾ ਹੈਗਾ ਜਾਂ ਗੱਡੀਆਂ ਦਾ ਹੈਗਾ। ਤਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਜਿਹੜਾ ਫਿਰ ਗੱਲ ਟਾਇਰ ਦੀ, ਉਹ ਕਿਸੇ ਚੀਜ਼ ਦੀ ਵੀ ਗੱਲ ਆਉਂਦੀ ਆ ਉੱਥੇ ਗੱਲ ਆ ਜਾਂਦੀ ਆ ਜਿਹੜਾ ਬੈਸਟ ਟਾਇਰ ਵਰਲਡ ਦਾ ਜਾਂ ਮੰਨਿਆ ਜਾਂਦਾ ਜਾਂ ਕਿਹੜਾ ਹੈਗਾ। ਉਹਦੇ ਵਿੱਚ ਜਿਹੜੇ ਬੈਸਟ ਟਾਇਰ ਦੀ ਵਰਲਡ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਆਉਂਦਾ ਮਿਚਲਿਨ, ਅਤੇ ਉਹ ਟਾਇਰ ਕਿਉਂ ਬੈਸਟ ਮੰਨਿਆ ਜਾਂਦਾ, ਕੀ ਰੀਜ਼ਨ ਨੇ, ਕਦੋਂ ਟਾਇਰ ਚੇਂਜ ਹੋਣਾ ਚਾਹੀਦਾ ਹੈ, ਕੀ ਸਿਸਟਮ ਹੈ। ਅਤੇ ਇਹਨਾਂ ਨੇ ਇੱਕ ਟਵਿੱਟਰ ਦੇ ਉੱਤੇ ਕੰਟੈਕਸਟ ਚਲਾਇਆ ਸੀਗਾ ਜਿਹਦੇ ਵਿੱਚ ਕਿ ਰਾਈਡ ਵਿਦ ਮਿਚਲਿਨ ਸੀਗਾ, ਉਹਦੇ 2 ਵਿਨਰ ਵੀ ਨੇ, ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਵਲੌਗ ਦੇ ਵਿੱਚ ਤੁਹਾਨੂੰ ਕਲੀਅਰ ਕਰਾਂਗੇ ਵੀ ਕਿਹੜੇ ਕਿਹੜੇ ਨੇ। ਅਤੇ ਵਲੌਗ ਸਾਰਾ ਤੁਸੀਂ ਧਿਆਨ ਨਾਲ ਦੇਖਿਓ, ਬਣੇ ਰਹੋ, ਸਾਰਾ ਇਹ ਇਨਫੋਰਮੇਸ਼ਨ ਵਲੌਗ ਅੱਜ ਹੋਣ ਵਾਲਾ। ਅਤੇ ਆਓ ਕਰਦੇ ਆਪਾਂ ਵਲੌਗ ਸ਼ੁਰੂ, ਤੁਹਾਨੂੰ ਦੱਸਦੇ ਹਾਂ ਵੀ ਇਹ ਕੀ ਖਾਸ ਆ ਅਤੇ ਕਿਉਂ ਖਾਸ ਆ ਮਿਚਲਿਨ ਟਾਇਰਾਂ ਦੇ ਵਿੱਚ। ਅਤੇ ਦੋਸਤੋ ਆਪਾਂ ਚੱਲਦੇ ਹਾਂ ਸਟੋਰ ਦੇ ਅੰਦਰ, ਨਾਲੇ ਤੁਹਾਨੂੰ ਟਾਇਰਸ ਦੀ ਵਰਾਇਟੀ ਵੀ ਦਿਖਾਵਾਂਗੇ ਆਪਾਂ ਵੀ ਕਿਹੜੀ ਕਿਹੜੀ ਵਰਾਇਟੀ ਹੈ, ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ। ਤੇ ਦੋਸਤੋ ਮੇਨ ਆਪਾਂ ਸਰ ਦੇ ਆਫਿਸ 'ਚ ਆ ਗਏ ਨੇ। ਸਰ ਕੀ ਹਾਲ ਚਾਲ ਹੈ? ਠੀਕ ਠਾਕ। ਤੇ ਦੋਸਤੋ ਹੁਣ ਕਰਦੇ ਹਾਂ ਆਪਾਂ ਵਲੌਗ ਸ਼ੁਰੂ ਐਕਚੁਅਲ ਦੇ ਵਿੱਚ। ਜਿਹੜੀ ਮੇਨ ਗੱਲਾਂ ਕੁਛ ਹੁੰਦੀਆਂ ਨੇ, ਪਹਿਲੀ ਗੱਲ ਤੁਹਾਡੀ ਡਿਮਾਂਡ ਹੁੰਦੀ ਆ ਆਲਵੇਜ਼ ਕਿ ਕਿਹੜਾ ਵਧੀਆ ਟਾਇਰ ਆ, ਸੇਫੈਸਟ ਕਿਹੜਾ ਹੈ, ਕੀ ਹੈ। ਹੁਣ ਭਾਅ ਜੀ ਜੋ ਤੁਹਾਡੇ ਕੋਲ ਕਸਟਮਰ ਆਉਂਦਾ ਅਤੇ ਤੁਸੀਂ ਲਾਈਕ ਤੁਹਾਡੇ ਕੋਲ ਆਣ ਕੇ ਉਹਦਾ ਕੁਐਸਚਨ ਕੀ ਹੁੰਦਾ ਪਹਿਲਾਂ? ਸਰ ਦੇਖੋ, ਕੁਐਸਚਨ ਕਸਟਮਰ ਜਦੋਂ ਆਉਂਦਾ ਹੈ ਉਹ ਇਹੋ ਹੀ ਕਹਿੰਦੇ ਆ ਕਿ ਸਾਨੂੰ ਰੋਡ ਦੇ ਉੱਪਰ ਜਿਹੜਾ ਸੇਫੈਸਟ ਔਰ ਜਿਹਦੇ 'ਚ ਆਵਾਜ਼ ਨਾ ਹੋਵੇ, ਨੋਇਸਲੈਸ ਟਾਇਰ ਹੋਵੇ, ਉਹ ਚਾਹੀਦਾ ਹੈ। ਉਹਨਾਂ ਦੀ ਕੰਡੀਸ਼ਨ ਦੇ ਹਿਸਾਬ ਨਾਲ, ਜੋ ਉਹਨਾਂ ਦੀ ਰਿਕੁਆਇਰਮੈਂਟ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ। ਤੇ ਗੱਲ ਕਰੀਏ ਜੇ ਸੇਫਟੀ ਦੀ, ਜਿਹੜਾ ਕਹਿੰਦਾ ਕਿ ਸੇਫਟੀ ਚਾਹੀਦੀ ਹੈ, ਤੇ ਫਿਰ ਮਿਸ਼ਲਿਨ ਦੇ ਨਾਲ ਕੋਈ ਟਾਇਰ ਮਿਸ਼ਲਿਨ ਜਿਹੜਾ ਤੁਸੀਂ ਵੀ ਕਹਿੰਦੇ ਹੋ ਵੀ ਇਹ ਸੇਫਟੀ ਪੱਖੋਂ ਸਾਰੇ ਪੁੱਛੋ ਹੈਗਾ। ਸੇਫਟੀ ਹਰ ਪੱਖੋਂ ਇਹ ਵਰਲਡ ਦੇ ਵਿੱਚ ਨੰਬਰ 1 ਤੇ ਐਵੇਂ ਨਹੀਂ ਹੈ, ਹਰ ਇੱਕ ਚੀਜ਼ ਉਹਦੇ 'ਚ ਹੈਗੀ ਹੈ। ਤਾਂ ਹੀ ਹੈਗਾ, ਇਹ ਵੀ ਗੱਲ ਬਾਈ ਮੰਨਣ ਵਾਲੀ ਹੈ। ਮੈਂ ਤਾਂ ਹੀ ਕਿਹਾ ਸੀ, ਚਲੋ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿਉਂਕਿ ਕਸਟਮਰ ਆਣ ਕੇ ਪੁੱਛਦੇ ਆ ਇਹਨਾਂ ਨੂੰ। ਮੈਨੂੰ ਵੀ ਤੁਸੀਂ ਰਾਤ ਕਈ ਵਾਰੀ ਰੋਕ ਕੇ ਪੁੱਛਦੇ ਹੋ ਕਿ ਤੁਸੀਂ ਉਦੋਂ ਪਵਾਏ ਸੀ ਕਿਵੇਂ ਦੇ ਸੀਗੇ। ਬਈ ਮੇਰਾ ਵੀ ਜਿਹੜਾ ਐਕਸਪੀਰੀਅੰਸ ਆ ਬਹੁਤ ਵਧੀਆ ਰਿਹਾ ਸੀ ਸਰ ਉਦੋਂ, ਕਿ ਲਾਈਟ ਆਪਾਂ 20 ਇੰਚ ਪਾਏ ਸੀਗੇ ਅਤੇ ਕੋਈ ਪ੍ਰੋਬਲਮ, ਚੱਲੇ ਵੀ ਜ਼ਿਆਦਾ ਨੇ ਉਹਦੀ, ਮਲਾਈਕ ਉਹਦੀ ਜਿਹੜੀ ਕਹਿੰਦੇ ਹੁੰਦੇ ਆ ਵੀ ਲਾਈਕ ਕਿੰਨੀ ਛੇਤੀ ਚਿਰ ਬਾਅਦ ਘੱਸਦੇ ਆ। ਨੋਰਮਲ ਟਾਇਰ ਦੇ ਨਾਲੋਂ ਗੱਲ ਕਰੀਏ ਤਾਂ ਉਹਦੀ ਡਬਲ ਲਾਈਫ ਡਬ। ਹਾਂ ਹੈਗੀ ਆ, ਮੈਂ ਵੀ ਇਹ ਚੀਜ਼ ਐਗਰੀ ਕਰਦਾ, ਹੈਗੀ ਆ ਬਈ ਮੈਂ ਯੂਜ਼ ਕੀਤੇ ਆ। ਆਮ ਟਾਇਰ ਜਿਹੜਾ ਉਹ ਬਹੁਤ ਛੇਤੀ ਖਤਮ ਹੋ ਜਾਂਦਾ, ਨਹੀਂ ਹੁੰਦੇ। ਬਾਕੀ ਹੋਰ ਵੀ ਕਈ ਚੀਜ਼ਾਂ ਸੀਗੀਆਂ, ਅਸੀਂ ਤੁਹਾਨੂੰ ਨਾਲ ਨਾਲ ਉਹ ਵੀ ਦੱਸਾਂਗੇ। ਹੁਣ ਅਗਲੇ ਬੰਨੇ ਗੱਲ ਆਉਂਦੀ ਹੈ ਵੀ ਚਲੋ ਤੁਸੀਂ ਇਹ ਚੀਜ਼ ਕਲੀਅਰ ਕਰਤੀ ਵੀ ਇਹ ਸੇਫੈਸਟ ਟਾਇਰ ਇਹਨੂੰ ਮੰਨਿਆ ਜਾਂਦਾ ਜਾਂ ਹੈਗਾ ਵੀ ਆ, ਹੈ ਨਾ। ਅਤੇ ਜਿੱਦਾਂ ਸਰ ਗੱਲ ਕੀਤੀ ਜਾਵੇ ਲਾਈਕ ਵੀ ਜਿਹੜਾ ਟਾਇਰ ਆ, ਹੈ ਨਾ, ਇਹ ਕਿੱਥੋਂ ਸ਼ੁਰੂ ਹੁੰਦਾ, ਇਹਦਾ ਰੇਂਜ ਜਾਂ ਇਹਦੇ ਲਈ ਕਿਹੜੀ ਕਿਹੜੀ ਚੀਜ਼ ਲਈ ਇਹ ਅਵੇਲੇਬਲ ਹੈਗਾ? ਇਹ ਹਰ ਚੀਜ਼ ਲਈ ਅਵੇਲੇਬਲ ਵਾ ਜੀ। ਠੀਕ ਹੈ, 2-ਵੀਲਰ ਤੋਂ ਲੈ ਕੇ ਤੇ ਭਾਵੇਂ ਤੁਸੀਂ ਪਲੇਨ ਤੱਕ ਦਾ ਟਾਇਰ ਜਿਹੜਾ ਮਰਜ਼ੀ ਲੈ, ਸਾਰੇ ਮਿਲ ਜਾਣਗੇ। ਸਾਰੇ ਕੀ ਬਾਤ ਹੈ, ਅਰਥ ਮੂਵਰ ਹੋ ਗਿਆ, OTR OTR ਅਰਥ ਮੂਵਰ ਵਗੈਰਾ ਹੋ ਗਿਆ, ਜਾਂ ਟਰੱਕ ਟਾਇਰ ਹੋ ਗਏ। ਠੀਕ ਹੈ, ਜਾਂ ਤੁਸੀਂ ਕੋਈ ਵੀ ਸੈਗਮੈਂਟ 'ਚ ਲੈ ਲਓ, ਇਹ ਹਰ ਸੈਗਮੈਂਟ 'ਚ ਮਿਲ ਜਾਂਦਾ ਬਈ। ਤੁਸੀਂ ਇੱਥੋਂ ਹੀ ਵੇਖ ਸਕਦੇ ਹੋ ਵੀ ਲਾਈਕ ਇਹ ਜਿਹੜੇ ਪਲੇਨਸ ਦੇ ਟਾਇਰਸ ਤੱਕ ਇਹ ਬਣਾਉਂਦੇ ਨੇ, ਜਾਂ ਲਾਈਕ AT ਟਾਇਰ ਵੀ ਇਹਨਾਂ ਕੋਲੇ ਹੁੰਦੇ ਆ ਇਹ ਕੰਪਨੀ ਕੋਲੇ, ਤੇ ਬਹੁਤ ਵਧੀਆ ਮਤਲਬ ਕੰਡੀਸ਼ਨਸ ਦੇ ਵਿੱਚ, ਤੇ ਕਈ ਪਲੱਸ ਪੁਆਇੰਟਸ ਵੀ ਹੈਗੇ ਇਹਦੇ ਵਿੱਚ, ਤੁਹਾਨੂੰ ਉਹ ਵੀ ਅਸੀਂ ਨਾਲ ਅਗਲੇ ਬਾਰੇ ਵੀਡੀਓ ਦੱਸਾਂਗੇ। ਤੇ ਸਰ ਅਗਲੇ ਬੰਨੇ ਹੁਣ ਜਿਹੜੀ ਗੱਲ ਆਉਂਦੀ ਆ ਮੇਨ, ਹੈ ਨਾ, ਵੀ ਇਹ ਟਾਇਰ ਇੱਕ ਬੈਸਟ ਵੀ ਹੋ ਗਿਆ, ਠੀਕ ਹੈ, ਸਾਰਿਆਂ ਲਈ ਬਣਾਉਂਦਾ ਵੀ ਇਹਦੇ ਸਾਰੇ ਸਾਈਜ਼ ਦੇ ਵਿੱਚ ਮਿਲ ਜਾਂਦੇ ਆ, ਤੇ ਇਹ ਟਾਇਰ ਜਿਹੜਾ ਵਾ ਲਾਈਕ ਇਹਦੇ 'ਚ ਹੋਰ ਖਾਸੀਅਤ, ਮਤਲਬ ਇਹਦਾ ਕਈ ਵਾਰੀ ਹੁੰਦਾ ਵਾ ਕਿ ਜੀ ਇਹ ਮਿਲਦਾ ਨਹੀਂ ਮਾਰਕੀਟ ਦੇ ਵਿੱਚ, ਇੱਕ ਇਹ ਵੀ ਬੜਾ ਰੋਲਾ ਸੀਗਾ ਵੀ ਯਾਰ ਇਹਦੇ ਟਾਇਰ ਹੀ ਨਹੀਂ ਆਉਂਦਾ, ਮਿਲਦੇ ਨਹੀਂ ਮਿਚਲਿਨ ਦੇ ਕਰੇ, ਇਹ ਕੀ ਸੀ ਨਾ? ਇਹ ਸਿਰਫ ਰੋਲਾ ਹੀ ਹੈ, ਉਮਰ ਹੀ ਲੋਕਾਂ ਦਾ ਹੈ। ਦੇਖੋ, ਅਗਰ ਮੇਰੇ ਕੋਲ ਵੀ ਨਹੀਂ ਹੋਊਗਾ, ਮੈਂ ਵੀ ਉਹ ਹੀ ਕਹੂੰਗਾ ਜੀ ਇਹ ਦੇ ਆਣਾ ਬੰਦ ਹੋ ਗਿਆ, ਬੰਦ ਹੋ ਗਿਆ। ਹਾਂ, ਇਹ ਵੀ ਗੱਲ, ਇਦਾਂ ਦਾ ਕੋਈ ਚੀਜ਼ ਨਹੀਂ ਹੈ। ਠੀਕ ਹੈ, ਸਾਰੇ ਟਾਇਰ ਅਵੇਲੇਬਲ ਹੈ, 6 ਮੋਸਟਲੀ ਮਤਲਬ ਲਗਾ ਲਓ ਕਿ ਜਿੰਨੀਆਂ ਵੀ ਗੱਡੀਆਂ ਅੱਜ ਕੱਲ੍ਹ ਤੇ ਵੈਸੇ ਹੀ 15 ਇੰਚ 16 ਇੰਚ ਤੋਂ ਸ਼ੁਰੂ ਹੁੰਦੇ ਆ, ਸ਼ੁਰੂ ਹੁੰਦੇ ਤੇ 16 ਇੰਚ ਤੋਂ ਉੱਪਰ ਜਿੰਨੇ ਵੀ ਟਾਇਰ ਸਾਰੇ ਅਵੇਲੇਬਲ, ਸਾਰੇ ਮਿਲ ਜਾਂਦੇ ਆ। ਇਸ ਕਰਕੇ ਬਾਈ ਉਹ ਵੀ ਕੋਈ ਇਸ਼ੂ ਨਹੀਂ ਹੈਗਾ, ਤੁਹਾਨੂੰ ਹਰੇਕ ਤਰ੍ਹਾਂ ਟਾਇਰ ਜਿਹੜਾ ਇੱਥੇ ਮਿਲ ਜੂਗਾ, ਉਹ ਵੀ ਜੋ ਗੱਲ ਸੇਮ ਉਹੀ ਆ ਗਈ ਵੀ ਜਿਹੜੇ ਬੰਦੇ ਕੋਲੇ ਉਹ ਟਾਇਰ ਜਾਂ ਕਈ ਵਾਰੀ ਕੋਈ ਅਸੀਂ ਉਹ ਜਿਹੇ ਬੰਦੇ ਕੋਲ ਚਲ ਜਾਂਦੇ ਆ ਤਾਂ ਉਹਨਾਂ ਨੂੰ ਇਸ ਟਾਇਰਾਂ ਬਾਰੇ ਨੌਲੇਜ ਜਾਂ ਨਹੀਂ ਪਤਾ ਹੁੰਦਾ। ਇਹ ਜਿੱਥੇ ਆਪਾਂ ਬੈਠੇ ਹਾਂ ਬਈ ਅਥੋਰਾਈਜ਼ ਡੀਲਰ ਨੇ ਮਿਚਲਿਨ ਦੇ, ਵੈਸੇ ਐਕਚੁਅਲ ਦੇ ਵਿੱਚ ਜਿਹੜੇ ਕਿ ਮਿਚਲਿਨ ਡੀਲ ਕਰਦੇ ਆ, ਸਰ ਇਹ ਵੈਸੇ ਕੰਪਨੀ ਹੈ ਕਿੱਥੋਂ ਦੀ? ਇਹ ਭਾਜੀ ਯੂਰਪ ਦੀ ਕੰਪਨੀ ਹੈ, ਫਰਾਂਸ ਦੀ ਹੈ। ਠੀਕ ਹੈ, ਬੇਸਿਕਲੀ ਇਹ
वैट रोड कंडीशन ले लिए या ड्राई ले लिए जिदा की मर्जी ले लिए हर चीज चलता है। इस करके बई यह भी चीज़ खास है। तो एक जी गल हों की कई बार कहना बंद कहता भी ये टायर जोड़े है बाहर के हिसाब में बने होंगे बाहर की कंपनी है इंडियन नहीं हैगी ये भी एक वहम है लोगों के। बिल्कुल सही गल कह रहे हो तुम तुहाडा पॉइंट बिल्कुल सही है। अक्सर लोग आगे आई कहते हैं बट मैं ये चीज़ तुम्हें क्लीयर करना चाहता हाँ कि जोड़ा इंडियन रोड कंडीशन है वो हिसाब न ही टायर बनता है। इतने एटमोसफेयर की गल करिए सब तो कोल्ड ठंडा भी है कोल्डेस्ट भी है और गर्मी भी बहुत गर्मी है हॉटेस्ट भी बहुत है तो वो हिसाब न ही टायर जो वैदर कंडीशन क्लाइमेट कंडीशन और हर एक चीज़ सरफेस को लैके उस हिसाब में टायर बनता है और ईवन की इंडियन गवर्नमेंट वालों अप्रूव्ड होंगे फिर ही टायर फिर ही आता आई एस आई मार्क की स्टैंपिंग होंगी है। ठीक है वो अभी थोड़ा दिखाने वाले हम आप टायर को चलते हैं कि तुम्हारे दिमाग यही वहम है कि टायर है नहीं मिलते नहीं अभी तुम्हें ये चीज़ें भी गाइड करते हैं वो करते हैं आप टायर के कोई चलते हैं तो दोस्तों हम आप चलते हैं टायर्स को भाजी। हाँ जी हाँ जी वैसे स्टॉक वेखना शुरू कर ही सकते हो देख सकते हो सारा सारा जो स्टॉक है मिचलिन का स्टॉक है तो जिद कि अपने को हरेक साइज का आप गल करते हैं ना अवेलेबल है तो इन्हों खासीयत की है टायरों का बाकी टायरों को की फर्क है। खासीयत इदा है कि रबर की सुपीरियरिटी है क्वालिटी है। ठीक है अगर असं वो पहली वाली गल आ गई जी असं कही कि टायर की आवाज़ नहीं आनी चाहिए रोड के उपर सेफेस्ट होना चाहिए है यह सारिया चीज़ा करके ही एक खास है ताइन वर्ल्ड बेस्ट है। हम मैंने एक इतने क्वेश्चन बनता है वैसे थोड़े दिमाग भी होगा बहुत सारे व्यूवर्स को नहीं पता ये चीज़ा कि टायर जो कदों चेंज करना बनता है तो जी आ चीज़ा पैटर्न होंगे यदा भी कोई डिपेंड करता है टायर की स्पीड से टायर की क्वालिटी बिल्कुल हर एक चीज़ टेस्ट करके फिर उस हिसाब ने डिजाइन यह हूँ यह बनया ये 60% ऑफ रोड है। ठीक है 40% ऑन रोड है। ट्रेडवेयर इंडिकेटर नॉर्मली चौड़ाई मीन के आपां कह लईए इस तरफ नूं 235 है नॉर्मली प्रोफाइल की हुंदी है इहदी चौड़ाई और इहदी डेप्थ जिहड़ी उहदी एक्सपेक्टेड रेशियो किन्ने एमएम टायर मतलब 13वां हफ्ता 2022 दा टायर मैन्युफैक्चर है ਮਿਸ਼ਲਨ ਵੱਲੋਂ ਲਿਆਂਦਾ ਗਿਆ ਔਰ ਆਫ ਰੋਡਿੰਗ ਲਈ ਸਭ ਤੋਂ ਬੈਸਟ ਟਾਇਰ ਹੈ ਇਹ ਜਿਹੜਾ ਹਾਂ
ਤੇ ਇਹ ਵੈਸੇ ਇਹਨੂੰ ਕੀ 80 ਕਹਿੰਦੇ ਆ 80 ਕਹਿੰਦੇ ਆ ਉੱਪਰ ਲਿਖਿਆ ਹੁੰਦਾ ਠੀਕ ਹੈ ਇਹ 80 ਟਾਇਰ ਆ ਬਾਈ ਤੁਸੀਂ ਵੇਖ ਸਕਦੇ ਹੋ ਲਾਈਕ ਵੀ ਇਹਨੂੰ ਆਫ ਰੋਡ ਲਈ ਯੂਜ਼ ਕਰਦੇ ਰੋਡ ਤੇ ਵੀ ਚੱਲੂ ਤੇ ਕੋਈ ਇਸ਼ੂ ਨਹੀਂ ਇਹ ਸਾਊਂਡ ਫ੍ਰੀ ਹੁੰਦੇ ਆ ਬਿਲਕੁਲ ਇਹਦੀ ਬਿਲਕੁਲ ਹਲਕੀ ਜੀ ਆਵਾਜ਼ ਹੁੰਦੀ ਹੈ ਜੀ ਠੀਕ ਹੈ ਮਤਲਬ ਜਿਹੜੀ ਤੁਹਾਨੂੰ ਸ਼ੀਸ਼ੇ ਬੰਦ ਕਰ ਲਈਏ ਤੇ ਕੈਬਨ ਦੇ ਵਿੱਚ ਨੋਇਸ ਨਹੀਂ ਆ ਨਹੀਂ ਆਏਗੀ ਤੇ ਇੱਕ ਚੀਜ਼ ਇੱਕ ਹੋਰ ਹੁੰਦੀ ਹੈ ਵੀ ਯਾਰ ਇਹ ਰਬੜ ਸੌਫਟ ਹੋਣੀ ਚਾਹੀਦੀ ਆ ਹਾਰਡ ਹੋਣੀ ਚਾਹੀਦੀ ਉਹ ਵੀ ਚੀਜ਼ ਇਫੈਕਟ ਕਰਦੀ ਹੈ ਹਾਂ ਬਿਲਕੁਲ ਕਰਦੀ ਹੈ ਜੀ ਠੀਕ ਹੈ ਦੇਖੋ ਜਿੰਨਾ ਰਬੜ ਦੀ ਪਿਓਰਟੀ ਹੋਏਗੀ ਉਹਨਾਂ ਟਾਇਰ ਵਧੀਆ ਹੋਏਗਾ ਠੀਕ ਹੈ ਰਬੜ ਸੌਫਟ ਹੋਏਗੀ ਉਹਨਾਂ ਟਾਇਰ ਵਧੀਆ ਚੱਲੇਗਾ ਗ੍ਰਿਪਿੰਗ ਅੱਛੀ ਹੋਏਗੀ ਠੀਕ ਹੈ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਇੱਕ ਚੀਜ਼ ਹੋਰ ਮੇਰਾ ਮੇਨ ਕੁਐਸਚਨ ਮੇਜਰ ਅੱਜ ਕੱਲ ਜਿਹੜਾ ਹੁਣ ਕਹਿੰਦੇ ਕਿ ਪੰਜਾਬ ਦੇ ਵਿੱਚ ਕੰਕਰੀਟ ਵਾਲੀਆਂ ਸੜਕਾਂ ਬਣ ਰਹੀਆਂ ਨੇ ਜਾਂ ਲਾਈਕ ਹੋਰ ਕਿਸੇ ਸਿਟੀ 'ਚ ਵੀ ਬਣ ਰਹੀਆਂ ਨੇ ਕਿ ਇਹ ਜਿਹੜੀ ਨਾਰਮਲ ਰੋਡ ਹੁੰਦੀ ਹੈ ਲੋਕੋ ਵਾਲੀ ਹੁੰਦੀ ਹੈ ਉੱਤੇ ਟਾਇਰ ਘੱਟ ਘੱਸਦਾ ਤੇ ਕੰਕਰੀਟ ਵਾਲੇ ਦੇ ਵੱਧ ਘੱਸਦਾ ਕੋਈ ਇਦਾਂ ਦਾ ਇਫੈਕਟ ਵੀ ਹੈਗਾ ਨਹੀਂ ਇਦਾਂ ਦਾ ਕੁਝ ਨਹੀਂ ਕੁਝ ਨਹੀਂ ਹੈਗਾ ਅੱਛਾ ਫਿਰ ਟਾਇਰ ਜਿਹੜੇ ਕੰਪਨੀ ਦੇ ਟਾਇਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਬਾਈ ਮੈਂ ਵੀ ਮੰਨਦਾ ਚੀਜ਼ ਵਿੱਚ ਕੋਈ ਫਰਕ ਨਹੀਂ ਹੈਗਾ ਕੁਝ ਨਹੀਂ ਹੁੰਦਾ ਤੇ ਇਸ ਕਰਕੇ ਇਹਦੇ ਵਿੱਚ ਜਿਹੜੇ ਸਾਈਜ਼ਸ ਨੇ ਹੁਣ ਤੁਹਾਨੂੰ ਦੱਸ ਦਿੰਦਾ ਬਾਈ ਇਹ ਕਿਹੜਾ ਸਾਈਜ਼ ਹੈ ਵੈਸੇ ਇਹ ਵਿੱਚ ਹੀ ਹੈਗਾ 285 60 18 ਮਤਲਬ 18 ਇੰਚ ਇਹਨੂੰ ਕਹਿ ਸਕਦੇ 18 ਇੰਚ ਠੀਕ ਹੈ ਤੇ ਇਹ ਜਿਹੜਾ ਨਾਰਮਲ ਇਹ ਤੁਹਾਡਾ ਜਿਹੜਾ ਲਾਸਟ ਟਾਈਮ ਅਸੀਂ ਗੱਡੀ 'ਚ ਪਾਇਆ ਸੀ ਗੱਡੀ 'ਚ ਪਾਇਆ ਅੱਛਾ 20 ਆ ਗਿਆ ਠੀਕ ਹੈ ਉਹ ਮਰਸੀਡੀਜ਼ GLS ਦਾ ਹੈ 19 ਇੰਚ ਅੱਛਾ ਮਤਲਬ ਉਹਨਾਂ ਦੇ ਵੀ ਟਾਇਰ ਆਪਣੇ ਕੋਲ ਹੁੰਦੇ ਆ ਸਾਰੇ ਹੀ ਹੁੰਦੇ ਆ ਜੀ ਸਾਰੇ ਹੁੰਦੇ ਆ ਠੀਕ ਹੈ ਬਈ ਇਹ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਹੋਰ ਵੀ ਗੱਡੀਆਂ ਲਈ ਟਾਇਰ ਲੱਗੇ ਹੋਏ ਆ ਕਾਫੀ ਕੁਝ ਹੈਗਾ ਇਹ ਜਿਹੜੇ ਛੋਟੀਆਂ ਗੱਡੀਆਂ ਲਈ ਆ ਗਏ ਇਹ Honda ਹੋ ਗਈ ਜਾਂ Swift ਹੋ ਗਈ ਉਹਨਾਂ ਗੱਡੀਆਂ ਉਹਨਾਂ ਗੱਡੀਆਂ ਆ ਗਏ ਤੇ ਦੋਸਤੋ ਹੁਣ ਗੱਲ ਕਰਤੀ ਜਾਵੇ ਲਾਈਕ ਵੀ ਰੇਂਜ ਹਨਾ ਵੈਸੇ ਹਰੇਕ ਬੰਦਾ ਭਾਲਦਾ ਕਿ ਯਾਰ ਟਾਇਰ ਵੱਧ ਤੋਂ ਵੱਧ ਚੱਲਣਾ ਚਾਹੀਦਾ ਜਾਂ ਕੀ ਹੈ ਇਹਨਾਂ ਟਾਇਰਸ ਦੀ ਕੀ ਰੇਂਜ ਹੈ ਦੇਖੋ ਜੀ ਸਭ ਤੋਂ ਜਿਹੜੀ ਤੁਸੀਂ ਕੁਐਸਚਨਿੰਗ ਪਹਿਲਾਂ ਵੀ ਕੀਤੀ ਸੀ ਕਸਟਮਰ ਕੀ ਮੰਗਦਾ ਉਹਦੇ ਸਭ ਤੋਂ ਪਹਿਲੀ ਗੱਲ ਉਹ ਮੰਗਦੇ ਵੀ ਰੇਂਜ ਦੀ ਹੈ ਅੱਛਾ ਕਿੰਨੇ ਕੁ ਵੱਧ ਚੱਲ ਜੂਗਾ ਕਿੰਨਾ ਚੱਲੇਗਾ ਠੀਕ ਹੈ ਬਾਕੀ ਜੇ ਮਿਸ਼ਲਨ ਦੀ ਗੱਲ ਕਰੀਏ ਮੈਂ ਤੁਹਾਨੂੰ ਉੱਪਰ ਵੀ ਦੱਸਿਆ ਕਿ ਨਾਰਮਲ ਟਾਇਰ ਨਾਲੋਂ ਇਹ ਡਬਲ ਚੱਲਦਾ ਓਕੇ ਤੁਹਾਡੀ ਐਕਸਪੀਰੀਅੰਸ ਰਿਹਾ ਤੁਹਾਡੀ ਗੱਲ ਰੋਕ ਰਿਹਾ ਵੈਸੇ ਇੱਥੇ ਇੱਕ ਮੰਨ ਲਓ ਕਿਸੇ ਨੇ ਸਵਿਫਟ ਨੂੰ ਪਵਾਏ ਨੇ ਹਨਾ ਤੇ ਨਾਰਮਲੀ ਕੰਪਨੀ ਵਾਲੇ ਟਾਇਰ ਕੋਈ ਵੀ ਆ ਉਹ ਮੰਨਦਾ ਮੈਂ ਕਿ ਕੋਈ 40,000 ਜਾਂ 45,000 ਵੱਧ ਤੋਂ ਵੱਧ ਚੱਲਦੇ ਆ ਹਨਾ ਤੇ ਇਹ ਜਿਹੜੇ ਟਾਇਰ ਆ ਫਿਰ ਇਹ ਕਿੰਨਾ ਚੱਲਦੇ ਹੋਣਗੇ ਨਾਰਮਲੀ ਟਾਇਰ ਕਹਿ ਲਈਓ 40,000-50,000 ਅਪਰੋਕਸ ਚੱਲ ਜਾਂਦਾ ਠੀਕ ਹੈ ਇਹ ਆਪਣਾ 1,00,000+ ਚੱਲ ਜਾਂਦਾ ਆਰਾਮ ਨਾਲ ਹਾਂ ਬੜੇ ਆਰਾਮ ਕੀ ਬਾਤ ਹੈ ਬਈ ਅਗਰ ਅਸੀਂ ਗੱਡੀ ਨੂੰ ਪ੍ਰੋਪਰ ਮੇਨਟੇਨ ਰੱਖੀਏ ਅਲਾਈਨਮੈਂਟ ਬੈਲੈਂਸਿੰਗ ਟਾਈਮ ਟੂ ਟਾਈਮ ਕਰਵਾਉਂਦੇ ਰਹੀਏ ਤੇ 1,00,000+ ਵੀ ਚੱਲਦਾ ਪਲੱਸ ਵੀ ਚੱਲ ਜਾਂਦਾ ਬਾਕੀ ਚਲਾਉਣ ਤੇ ਡਿਪੈਂਡ ਕਰਦਾ ਅਗਲੇ ਦੀ ਗੱਡੀ ਦੇ ਵੀ ਬ੍ਰੇਕਾਂ ਵਾਲੀ ਡਰਾਈਵ ਕਰ ਰਹੇ ਹੋ ਰੈਸ਼ ਡਰਾਈਵ ਹੈ ਜਾਂ ਨਾਰਮਲ ਡਰਾਈਵ ਹੈ ਠੀਕ ਹੈ ਜਿਹੜਾ ਨਾਰਮਲ ਡਰਾਈਵ ਕਸਟਮਰ ਕਰਦਾ ਹੈ 80-90 ਦੀ ਸਪੀਡ 80-90 ਦੀ ਸਪੀਡ ਤੇ ਜਿਹੜਾ ਗੱਡੀ ਚਲਾਉਂਦਾ ਹੈ ਠੀਕ ਹੈ ਉਹ ਤਕਰੀਬਨ 1,25,000+ ਅਪਰੋਕਸ 1,25,000 ਦੇ ਲੱਗੇ ਮਾਈਲੇਜ ਇਹਨਾਂ ਤੋਂ ਲੈਂਦੇ ਆ ਠੀਕ ਹੈ ਤੇ ਇੱਕ ਜਿਹੜੀ ਹੁਣ ਮੇਜਰ ਗੱਲ ਆ ਜਾਂਦੀ ਹੈ ਇਹਦੀ ਕੋਈ ਗਰੰਟੀ ਵਾਰੰਟੀ ਕੋਈ ਇਦਾਂ ਦੀ ਚੀਜ਼ ਵੀ ਆਉਂਦੀ ਹੈ ਬਿਲਕੁਲ ਸਰ ਬਿਲਕੁਲ ਆਉਂਦੀ ਹੈ ਇਹਦੀ 5 ਸਾਲ ਦੀ ਕੰਪਨੀ ਵੱਲੋਂ ਮੈਨੂਫੈਕਚਰਿੰਗ ਵਾਰੰਟੀ ਹੈ ਫਰੋਮ ਦੀ ਡੇਟ ਆਫ ਪਰਚੇਸ ਪਰਚੇਸ ਓਕੇ ਕਈਆਂ 'ਚ ਕੀ ਹੁੰਦਾ ਫਰੋਮ ਦੀ ਡੇਟ ਆਫ ਮੈਨੂਫੈਕਚਰਿੰਗ ਇਹਦੇ 'ਚ ਫਰੋਮ ਦੀ ਡੇਟ ਆਫ ਪਰਚੇਸ ਹੁੰਦੀ ਹੈ ਠੀਕ ਹੈ ਜਿਸ ਦਿਨ ਅਸੀਂ ਟਾਇਰ ਪਰਚੇਸ ਕਰਦੇ ਹਾਂ ਉਸ ਦਿਨ ਤੋਂ ਤੁਹਾਡੀ ਵਾਰੰਟੀ ਸਟਾਰਟ ਹੁੰਦੀ ਹੈ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੈਨੂਇਨਟੀ ਦੀ ਤੁਹਾਨੂੰ ਇੱਕ ਕੰਪਨੀ ਵੱਲੋਂ ਮੇਲ ਆਉਂਦੀ ਹੈ ਕਿ ਤੁਸੀਂ ਕਿਹੜੀ ਦੁਕਾਨ ਤੋਂ ਕਿਹੜਾ ਟਾਇਰ ਪਰਚੇਸ ਕੀਤਾ ਹੈ ਠੀਕ ਹੈ ਅਗਰ ਉਹ ਬਿੱਲ ਔਰ ਤੁਹਾਡੀ ਉਹ ਕੰਪਨੀ ਵੱਲੋਂ ਭੇਜਿਆ ਹੋਇਆ ਮੈਸੇਜ ਸੇਮ ਹੈ ਇਟ ਮੀਨਸ ਉਹ ਜੈਨੂਇਨ ਹੈ ਠੀਕ ਹੈ ਅਗਰ ਉਹ ਨਹੀਂ ਹੈ ਤਾਂ ਫਿਰ ਤੇ ਇੱਕ ਗੱਲ ਇਹ ਵੀ ਜੀ ਕਲੀਅਰ ਕਰਿਓ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਇਹ ਕੱਲਾ ਫਿਰ ਜਿੱਥੋਂ ਲਿਆ ਉੱਥੇ ਜਾਣਾ ਪੈਣਾ ਕਿ ਆਲ ਓਵਰ ਇੰਡੀਆ ਲੈ ਸਕਦੇ ਆਲ ਓਵਰ ਇੰਡੀਆ ਕਿਤੋਂ ਵੀ ਲੈ ਸਕਦੇ ਹੋ ਬਟ ਤੁਸੀਂ ਇਹ ਚੀਜ਼ ਚੈੱਕ ਕਰੋ ਕਿ ਤੁਸੀਂ ਜੈਨੂਇਨ ਆਥੋਰਾਈਜ਼ਡ ਕੋਲੋਂ ਲੈ ਰਹੇ ਹੋ ਕਿ ਨਹੀਂ ਨਹੀਂ ਲੈ ਰਹੇ ਕਿਉਂਕਿ ਇਹਦੇ ਵਿੱਚ ਜਿੰਨਾ ਵੀ ਟਾਇਰ ਕਾਸਟਲੀ ਹੋਊਗਾ ਜਾਂ ਜਿੰਨਾ ਵੀ ਟਾਇਰ ਡਿਮਾਂਡਿੰਗ ਹੋਊਗਾ ਠੀਕ ਹੈ ਮਿਸ਼ਲਨ ਟਾਇਰ ਦੇਖੋ ਹਰ ਕੋਈ ਨਹੀਂ ਪਵਾਉਂਦਾ ਬਟ ਜਿਹੜਾ ਵੀ ਪਵਾਉਂਦਾ ਜਿੰਨੇ ਇੱਕ ਵਾਰੀ ਯੂਜ਼ ਕੀਤਾ ਉਹ ਦੂਜਾ ਨਹੀਂ ਪਵਾਉਂਦਾ ਦੂਜਾ ਨਹੀਂ ਪਵਾਉਂਦਾ ਠੀਕ ਹੈ ਤੇ ਜਿੰਨੇ ਮਿਸ਼ਲਨ ਪਵਾਉਣਾ ਉਹ ਮਿਸ਼ਲਨ ਹੀ ਪਾਏਗਾ ਉਹ ਦੂਜਾ ਨਹੀਂ ਪਾਏਗਾ ਇਹਦਾ ਕੰਫਰਟ ਲੈਵਲ ਇਹਦੀ ਰਾਈਡ ਇਹਦਾ ਸਮੂਥ ਹਰ ਇੱਕ ਚੀਜ਼ 'ਚ ਫਰਕ ਹੈ ਫਰਕ ਹੈ ਠੀਕ ਹੈ ਉਹ ਤੇ ਮੈਂ ਮੰਨਦਾ ਉਹ ਉਹਨਾਂ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਤੇ ਇਸ ਕਰਕੇ ਜਿਹੜਾ ਆਥੋਰਾਈਜ਼ ਸਟੋਰ ਹੋਵੇ ਆਲ ਓਵਰ ਇੰਡੀਆ ਕਿਤੇ ਵੀ ਹੋਵੇ ਤੁਸੀਂ ਸਰਚ ਕਰ ਸਕਦੇ ਹੋ ਤੁਹਾਨੂੰ ਮਿਲਦੇ ਆ ਹਰ ਜਗ੍ਹਾ ਟਾਇਰ ਮਿਲਣਗੇ ਠੀਕ ਹੈ ਇਹ ਵੀ ਚੀਜ਼ ਬਾਈ ਤੁਹਾਨੂੰ ਕਲੀਅਰ ਕਰਤੀ ਤੇ ਦੋਸਤੋ ਤੁਹਾਨੂੰ ਦਿਖਾਉਂਦੇ ਆ ਹੁਣ ਕੀ ਲਾਈਕ ਵੀ ਕਿੱਦਾਂ ਟਾਇਰ ਚੈੱਕ ਹੁੰਦਾ ਕਿੰਨੇ ਪੈਸੇ ਹੈਗਾ ਕਿੰਨੇ ਨਹੀਂ ਹੈਗਾ ਹਨਾ ਸਰ ਦੱਸੋ ਫਿਰ ਕਿੱਦਾਂ ਹੁੰਦਾ ਇਹ ਭਾਜੀ ਇਹਨੂੰ ਟਾਇਰ ਮੇਜਰਿੰਗ ਲਈ ਇੱਕ ਟਾਇਰ ਗੇਜ ਹੁੰਦੀ ਹੈ ਠੀਕ ਹੈ ਇਹਦੇ ਤੇ ਪਤਾ ਲੱਗਦਾ ਕਿੰਨੇ ਐਮਐਮ ਟਾਇਰ ਹੈ ਠੀਕ ਹੈ ਜਿਸ ਤਰ੍ਹਾਂ ਕਿ ਇਹ ਸਪੋਜ਼ ਆ ਰਿਹਾ ਜਿਹੜੇ ਵੀ ਟਾਇਰ ਦੀ ਡੈਪਥ ਕਿੰਨੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਵਿਦਿਨ ਐਮਐਮਸ ਹੁੰਦੀ ਹੈ ਓਕੇ ਹੁਣ ਇਹਦੇ ਚ ਅਗਰ ਦੇਖਿਆ ਜਾਵੇ ਇਹ 11.5 ਐਮਐਮ ਟਾਇਰ ਹੈ ਕਿੰਨੇ ਐਮਐਮ ਹੈ 11.5 ਅੱਛਾ ਜਿਹੜਾ ਓਰੀਜਨਲ ਟਾਇਰ ਪਿੱਛੋਂ ਆਉਂਦਾ ਹੈ ਹਾਂ ਇਹ ਡਿਪੈਂਡ ਕਰਦਾ ਕਿਹੜਾ ਮਾਡਲ ਹੈ ਉਹ ਕਿਹੜਾ ਟਾਇਰ ਹੈ ਠੀਕ ਹੈ ਸਾਈਜ਼ ਹੈ ਉਸ ਹਿਸਾਬ ਨਾਲ ਲੈਣਾ ਹੁੰਦਾ ਤੇ ਇੱਥੋਂ ਫਿਰ ਜਿਹਦਾ ਕਹਿ ਦਿੰਦੇ ਕਿ 10 ਪੈਸੇ ਰਹਿੰਦਾ ਜਾਂ 20 ਪੈਸੇ ਰਹਿੰਦਾ ਉਹ ਇੱਥੋਂ ਚੈੱਕ ਹੁੰਦਾ ਹਾਂ ਓਕੇ ਜਿਸ ਤਰ੍ਹਾਂ ਕੋਈ ਟਾਇਰ ਜਿੰਨਾ ਘਸਿਆ ਉਸ ਹਿਸਾਬ ਨਾਲ ਪਤਾ ਲੱਗ ਜਾਂਦਾ ਉਨੀ ਕਰ ਬਚੀ
ਦੇਖੋ ਜੀ ਜਿਹੜੀ ਜਿੰਨੀ ਪ੍ਰੋਫਾਈਲ ਘਟੀ ਜਾਊਗੀ ਮੇਰਾ ਟਾਇਰ ਮਹਿੰਗਾ ਵੀ ਹੁੰਦਾ ਜਾਊ ਉਹਨਾਂ ਟਾਇਰ ਮਹਿੰਗਾ ਵੀ ਹੁੰਦਾ ਜਾਊਗਾ ਬਟ ਉਹਨਾਂ ਹੀ ਉਹ ਰਿਸਕੀ ਵੀ ਹੁੰਦਾ ਜਾਊਗਾ ਠੀਕ ਹੈ ਅਸੀਂ ਲੋ ਪ੍ਰੋਫਾਈਲ ਜਿੰਨਾ ਵੀ ਲੋ ਪ੍ਰੋਫਾਈਲ ਕਰਦੇ ਜਾਂਦੇ ਆ ਆਪਣੀਆਂ ਰੋਡਸ ਦੀ ਕੰਡੀਸ਼ਨ ਦੇ ਹਿਸਾਬ ਨਾਲ ਐਕਚੁਅਲੀ ਕਿ ਜਦੋਂ ਅਸੀਂ ਓਈਐਮ ਤੋਂ ਗੱਡੀ ਲੈ ਕੇ ਆਉਂਦੇ ਹਾਂ ਉਹ ਜਿਹੜਾ ਪਰਫੈਕਟ ਸਾਈਜ਼ ਲੱਗਾ ਹੁੰਦਾ ਬੇਸਿਕਲੀ ਉਹ ਬਿਲਕੁਲ ਸਹੀ ਹੁੰਦਾ ਉਹਨਾਂ ਨੇ ਹਰ ਇੱਕ ਚੀਜ਼ ਟੈਸਟ ਕਰਕੇ ਠੀਕ ਹੈ ਰੋਡ ਟੈਸਟ ਕਰਕੇ ਹਰ ਇੱਕ ਤਰ੍ਹਾਂ ਦਾ ਟੈਸਟ ਕਰਕੇ ਉਹਨਾਂ ਨੇ ਟਾਇਰ ਫਿਲ ਫਿਟ ਕੀਤਾ ਠੀਕ ਹੈ ਮਤਲਬ ਉਹੀ ਸਾਈਜ਼ ਦੁਬਾਰਾ ਪਾਉਣਾ ਚਾਹੀਦਾ ਹਾਂ ਉਹੀ ਪਾਉਣਾ ਚਾਹੀਦਾ ਜੇ ਤੁਸੀਂ ਸਾਈਜ਼ ਅਪ ਕਰਨਾ ਹੈ ਤਾਂ ਇੱਕ ਨੰਬਰ ਜਾਂ ਦੋ ਨੰਬਰ ਅਪ ਸਾਈਜ਼ ਕਰ ਸਕਦੇ ਹੋ ਜਦੋਂ ਅਸੀਂ 3-4-5 ਨੰਬਰ ਅਪ ਕਰਦੇ ਹਾਂ ਉਹਨੀ ਪ੍ਰੋਫਾਈਲ ਲੋ ਹੋ ਜਾਂਦੀ ਹੈ ਲੋ ਹੋ ਜਾਂਦੀ ਠੀਕ ਹੈ ਉਹ ਲੋ ਪ੍ਰੋਫਾਈਲ ਹੋਣ ਦੇ ਕਾਰਨ ਤੁਹਾਡੀ ਗੱਡੀ ਦੀ ਕੰਫਰਟ ਰਾਈਡ ਦਾ ਵੀ ਫਰਕ ਪੈਂਦਾ ਹੈ ਤੇ ਨੋਇਜ਼ੀ ਵੀ ਹੋ ਜਾਂਦਾ ਹੈ ਓਕੇ ਤੇ ਇਹ ਵੀ ਫਰਕ ਪੈਂਦਾ ਬਿਲਕੁਲ ਫਰਕ ਪੈਂਦਾ ਜੀ ਠੀਕ ਹੈ ਤਾਂ ਤੁਹਾਡੇ ਕੋਲੇ ਕੱਲਾ ਫਿਰ ਲਾਈਕ ਤੁਸੀਂ ਮਿਚਲੇ ਨਹੀਂ ਰੱਖਿਆ ਕਿ ਜਾਂ ਲਾਈਕ ਵੀ ਤੁਸੀਂ ਬੈਸਟ ਟਾਇਰ ਹੀ ਰੱਖੇ ਨੇ ਨਹੀਂ ਦੇਖੋ ਸਾਰੇ ਆਲਮੋਸਟ ਬੈਸਟ ਬ੍ਰਾਂਡਸ ਆਪਣੇ ਕੋਲ ਹੈਗੇ ਆ ਠੀਕ ਹੈ ਬਟ ਅਗਰ ਕੋਈ ਕਸਟਮਰ ਜਿਹੜਾ ਪੈਸੇ ਖਰਚ ਕਰ ਸਕਦਾ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਅਸੀਂ ਉਹਨੂੰ ਮਿਚਲੇ ਹੀ ਦਈਏ ਕਿਉਂਕਿ ਉਸ ਤੋਂ ਬੈਸਟ ਕੋਈ ਟਾਇਰ ਨਹੀਂ ਹੈਗਾ ਇਹ ਚੀਜ਼ ਬਾਈ ਤੁਹਾਨੂੰ ਭਾਈ ਨੇ ਕਲੀਅਰਲੀ ਕਰਤੀ ਮੈਂ ਵੀ ਕਲੀਅਰ ਕੀਤੀ ਕਿਉਂਕਿ ਮੈਂ ਤਾਂ ਯੂਜ਼ ਵੀ ਕੀਤੇ ਹੋਏ ਤੇ ਮੈਂ ਜੇਕਰ ਮੈਂ ਆਪਣੀ ਗੱਲ ਕਰਾਂ ਤੇ ਅਸੀਂ ਆਪ ਮਿਚਲੇ ਤੋਂ ਇਲਾਵਾ ਹੋਰ ਕੋਈ ਯੂਜ਼ ਨਹੀਂ ਕਰਦੇ ਕਿਉਂਕਿ ਮੈਂ ਵੀ ਮੰਨਦਾ ਕਿ ਲਾਈਫ ਦੀ ਸੇਫਟੀ ਤੋਂ ਅੱਗੇ ਕੁਝ ਨਹੀਂ ਹੈਗਾ ਕਿਉਂਕਿ ਜ਼ਿਆਦਾ ਫਰਕ ਨਹੀਂ ਪੈਣਾ ਹਾਰਡਲੀ ਯਾਰ ਕੋਈ 10-20% ਟਾਇਰ ਮਹਿੰਗਾ ਸਸਤਾ ਹੋਊਗਾ ਇੰਨਾ ਕੀ ਫਰਕ ਹੋ ਜਾਦਾ ਇਸ ਤੋਂ ਹੋ ਸਕਦਾ 10-20% ਵੀ ਨਾ ਹੋਵੇ ਇੰਨਾ ਜ਼ਿਆਦਾ ਫਰਕ ਨਹੀਂ ਹੁੰਦਾ ਪ੍ਰਾਈਸ ਦੀ ਗੱਲ ਬਾਈ ਅਸੀਂ ਕਿਉਂ ਨਹੀਂ ਕੀਤੀ ਕਿਉਂਕਿ ਯਾਰ ਹਰੇਕ ਸਟੇਟ ਦਾ ਜਾਂ ਹਰੇਕ ਟਾਈਮ ਟੂ ਟਾਈਮ ਪ੍ਰਾਈਸ ਵੇਰੀ ਕਰਦੇ ਆ ਤੇ ਹਾਂ ਟਾਇਰ ਦੇ ਪ੍ਰਾਈਸ ਉਹਦੇ ਸਾਈਜ਼ਸ ਦੇ ਹਿਸਾਬ ਨਾਲ ਹੁੰਦੇ ਆ ਠੀਕ ਹੈ ਤੇ ਅਗਰ ਕੰਪੀਟੀਟਿਵ ਬ੍ਰਾਂਡਸ ਦੀ ਗੱਲ ਕਰੀਏ ਤੇ ਮੈਕਸਿਮਮ ਟੂ ਮੈਕਸਿਮਮ 5-7% ਦਾ ਫਰਕ ਹੁੰਦਾ ਜ਼ਿਆਦਾ ਫਰਕ ਨਹੀਂ ਹੁੰਦਾ ਇਸ ਤੋਂ ਜ਼ਿਆਦਾ ਫਰਕ ਨਹੀਂ ਹੁੰਦਾ ਅਗਰ ਲਾਈਫ ਦੀ ਗੱਲ ਕਰੀਏ ਤਾਂ ਡਬਲ ਚਲੀ ਜਾਂਦੀ ਇਸ ਕਰਕੇ ਇਹ ਬਾਈ ਫਰਕ ਜ਼ਰੂਰ ਹੈਗਾ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਦੋਸਤੋ ਹੁਣ ਮੇਨ ਗੱਲ ਆ ਜਾਂਦੀ ਹੈ ਵੀ ਦੋ ਵਿਨਰ ਜਿਹੜੇ ਕਿ ਲਾਈਕ ਕਨਸੈਪਟ ਹੋਇਆ ਸੀ ਜਿਹਦੇ ਵਿੱਚ ਕਿ ਲਾਈਕ ਇਹ ਦੋ ਵਿਨਰ ਨੇ ਤੇ ਸਰ ਤੁਸੀਂ ਅਨਾਉਂਸ ਕਰੋ ਵੈਸੇ ਉਹਨਾਂ ਦਾ ਨਾਮ ਕੀ ਹੈਗਾ ਸਰ ਬਿਲਕੁਲ ਇਹਦੇ ਚ ਇਹਨਾਂ ਨੇ ਮਿਸ਼ਲਨ ਨੇ ਟਵਿੱਟਰ ਦੇ ਉੱਪਰ ਇੱਕ ਕਨਸੈਪਟ ਕੱਢਿਆ ਸੀਗਾ ਰਾਈਡ ਵਿਨ ਮਿਸ਼ਲਨ ਠੀਕ ਹੈ ਤੇ ਉਹਦੇ ਜਿਹੜੇ ਦੋ ਵਿਨਰ ਹੈ ਉਹਨਾਂ ਚੋਂ ਇੱਕ ਦਾ ਨਾਮ ਹੈ ਰਾਹੁਲ ਮਿਸ਼ਰਾ ਔਰ ਦੂਸਰੇ ਜਿਹੜੇ ਆ ਉਹਨਾਂ ਦਾ ਨਾਮ ਹੈ ਤਪੱਸਿਆ ਹੋਰੀ ਠੀਕ ਹੈ ਬਾਈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਕਿ ਸਾਡੇ ਵੱਲੋਂ ਵੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਵਿਨਰ ਨਿਕਲੇ ਆ ਤੇ ਬਾਈ ਇਸ ਕਰਕੇ ਸਾਡੇ ਵੱਲੋਂ ਵੀ ਵਧਾਈਆਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੇ ਇਹ ਸਰ ਵੈਸੇ ਕਨਸਰਟਸ ਵਗੈਰਾ ਨਿੱਕੇ ਨਿੱਕੇ ਕਰਾਉਂਦੇ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਇਹ ਮਿਚਲਨ ਦੀ ਫੈਮਿਲੀ ਨਾਲ ਜੁਆਇੰਟ ਰਹੇ ਮਿਚਲਨ ਫੈਮਿਲੀ ਨਾਲ ਜਿਹੜੇ ਜੁੜੇ ਹੋਏ ਆ ਉਹ ਉਹਨਾਂ ਵਿਨਰ ਵੀ ਇਹ ਉਹਨੇ ਚ ਹੀ ਕਰਦੇ ਆ ਮਿਸ਼ਲਨ ਫੈਮਿਲੀ ਵਿੱਚ ਜੁੜੇ ਹੋਏ ਤੇ ਇਸ ਕਰਕੇ ਬਾਈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸਾਡੇ ਵੱਲੋਂ ਵੀ ਠੀਕ ਹੈ ਕਿ ਬਾਈ ਇਹ ਸਿਸਟਮ ਹੈ ਬਾਕੀ ਹੁਣ ਜ਼ਿਆਦਾ ਤੁਹਾਡਾ ਲਾਈਕ ਸਾਨੂੰ ਜਿੰਨੀ ਕਿ ਇਨਫੋਰਮੇਸ਼ਨ ਚਾਹੀਦੀ ਦੇਣੀ ਤੁਹਾਨੂੰ ਅਸੀਂ ਦੇਤੀ ਹੈ ਨਾ ਕੋਈ ਚੀਜ਼ ਰਹਿ ਤਾਂ ਗਈ ਨਹੀਂ ਹੈ ਨਾ ਕਿਵੇਂ ਕਿਵੇਂ ਟਾਇਰ ਹੁੰਦੇ ਆ ਕੀ ਸਿਸਟਮ ਹੈ ਕੀ ਚੀਜ਼ਾਂ ਵੇਖਣੀਆਂ ਪੈਂਦੀਆਂ ਸਾਰਾ ਕੁਝ ਤੇ ਮੈਨੂੰ ਇਹਦਾ ਕਿ ਤੁਹਾਨੂੰ ਵਧੀਆ ਲੱਗਾ ਤੇ ਸਰ ਮੈਂ ਚਾਹੁੰਦਾ ਵੀ ਜੇ ਤੁਹਾਡੇ ਸਟੋਰ 'ਚ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਤੁਹਾਡੀ ਕੀ ਟਾਈਮਿੰਗ ਹੈ ਕਿੱਥੇ ਲੋਕੇਟਿਡ ਹੈ ਤੇ ਕਿਸ ਨਾਮ ਨਾਲ ਕਿ ਦੁਬਾਰਾ ਰਿਪੀਟ ਕਰ ਸਰ ਦੇਖੋ ਮੇਰੇ ਦੋ ਸਟੋਰ ਹੈ ਇੱਕ ਐ ਲੋਹਾਰਕਾ ਰੋਡ ਤੇ ਹੈ ਇੱਕ ਆਊਟਸਾਈਡ ਹਾਲ ਗੇਟ ਹੈ ਠੀਕ ਹੈ ਆਊਟਸਾਈਡ ਹਾਲ ਗੇਟ ਜਿਹੜਾ ਹੈ ਉਹਦਾ ਐਡਰੈਸ ਹੈਗਾ ਸ਼ਾਪ ਨੰਬਰ 5 ਮੇਰਪੁਰ ਪੌੜੀਆ ਠੀਕ ਹੈ ਆਊਟਸਾਈਡ ਹਾਲ ਗੇਟ ਅੰਮ੍ਰਿਤਸਰ ਠੀਕ ਹੈ ਨੈਸ਼ਨਲ ਆਟੋਸ ਫੋਨ ਦਾ ਨੇਮ ਹੈ ਠੀਕ ਹੈ ਤੁਸੀਂ ਨੈਸ਼ਨਲ ਆਟੋ ਸਰਚ ਕਰਕੇ ਪਹੁੰਚ ਸਕਦੇ ਤੇ ਜਿਹੜੀ ਲੋਹਾਰਕਾ ਰੋਡ ਤੇ ਲੋਕੇਸ਼ਨ ਹੈ ਠੀਕ ਹੈ ਉਹਨੂੰ ਤੁਸੀਂ ਗੂਗਲ ਮੈਪ ਤੇ ਅਗਰ ਸਰਚ ਕਰੋਗੇ ਨੈਸ਼ਨਲ ਆਟੋਸ ਤੇ ਉੱਤੇ ਮਿਸ਼ਲਨ ਟਾਇਰਸ ਐਂਡ ਸਰਵਿਸਿਜ਼ ਦੀ ਇੱਕ ਲੋਕੇਸ਼ਨ ਆਉਂਦੀ ਹੈ ਠੀਕ ਹੈ ਉਹ ਤੁਹਾਨੂੰ ਇੱਥੇ ਮਿਲ ਇੱਥੇ ਮਿਲ ਜਿਹੜੇ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਦੇ ਆ ਸਰ ਸਾਡੀ ਟਾਈਮਿੰਗ 9 ਟੂ 7:30 ਹੈ ਠੀਕ ਹੈ 9 ਤੋਂ 7:30 ਤੱਕ ਤੇ ਸੰਡੇ ਵੀ ਸੰਡੇ ਸਾਡੀ ਟਾਈਮਿੰਗ 10-4 ਹੈ 10-4 ਹੈ ਠੀਕ ਹੈ ਬਾਕੀ ਭਾਈ ਜੇ ਕੋਈ ਦੂਰ ਨੇੜੇ ਆਉਣਾ ਚਾਹੁੰਦਾ ਉਹਦੇ ਕਾਲ ਕਰਕੇ ਆ ਸਕਦਾ ਮੈਂ ਨੰਬਰ ਡਿਸਕ੍ਰਿਪਸ਼ਨ ਦਿੱਤਾ ਹੋਇਆ ਤੇ ਥੈਂਕ ਯੂ ਸੋ ਮਚ ਫਸਰ ਤਰੀ ਟਾਈਮ ਦਿੱਤਾ ਸਾਰੀ ਇਨਫੋਰਮੇਸ਼ਨ ਦਿੱਤੀ ਕਿਉਂਕਿ ਵਿਊਅਰਸ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਤੇ ਬਹੁਤ ਸਾਰੀ ਡਿਮਾਂਡ ਹੁੰਦੀ ਹੈ ਕਿ ਬੈਸਟ ਟਾਇਰ ਕਿਹੜਾ ਹੈ ਸੇਫ ਕਿਹੜਾ ਹੈ ਕੀ ਕੁਝ ਵੇਖਣਾ ਚਾਹੀਦਾ ਤੇ ਜਿੰਨਾ ਜਿੰਨਾ ਸਾਨੂੰ ਲੱਗਿਆ ਸੀ ਸਾਨੂੰ ਜ਼ਰੂਰ ਕਵਰ ਕਰਕੇ ਦਿੱਤਾ ਤੇ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਵਲੌਗ ਤੇ ਮਿਲਦੇ ਹਾਂ ਹੋਰ ਦੇ ਨਵੇਂ ਵਲੌਗਸ ਲੈ ਕੇ ਤੁਸੀਂ ਮੈਨੂੰ ਵੀ ਫਾਲੋ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਅੰਡਰਸਕੋਰ ਕਰਨ ਦੇ ਨਾਮ ਤੇ ਡੇਲੀ ਅਪਡੇਟਸ ਲਈ ਬਾਕੀ ਚੈਨਲ ਜ਼ਰੂਰ ਫਾਲੋ ਕਰ ਲਿਓ ਇਦਾਂ ਦੇ ਹੋਰ ਅਪਡੇਟਸ ਵਾਸਤੇ ਬਾਏ ਟੇਕ ਕੇਅਰ